ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋਂ ਡੇਅਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਯੂਟਿਊਬ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਆ ਕਿ ਆਪਣੇ YouTube ਚੈਨਲ ਜੋ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427719817। ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਮੋਹਰਾ ਨਸਲ ਦੀ ਚੰਗੀ 20 ਕਿਲੋ ਦੁੱਧ ਦੇਣ ਵਾਲੀ ਮੱਝ ਦਿਖਾਉਣੀ ਆ। ਅਤੇ ਵੀਰਾ ਹਰਿਆਣੇ 'ਚੋਂ ਦੱਸਦਿਆਂ ਲੈ ਕੇ ਆਏ ਸੀ ਇਸ ਵਾਰ ਜਿਹੜਾ ਸੂਆ ਸੁਣਦੀ ਆ, ਬਾਕੀ ਇਹਦਾ ਰਵਾ ਵੀ ਸਾਰਾ ਬਾਈਆਂ ਦੇ ਕੋਲ ਹੋ ਗਿਆ, ਇਹ ਹੁਣ ਕਰਤੀ ਬਾਈਆਂ ਨੇ ਪਕਾਊ। ਡਿਟੇਲ ਇਹਦੇ ਬਾਰੇ ਆਪਾਂ ਵੀਰ ਨੂੰ ਪੁੱਛਦੇ ਹਾਂ, ਘਰਦੇ ਗੱਲਾਂ ਬਾਤਾਂ ਇਹਦੇ ਬਾਰੇ। ਆ ਜਾਓ ਸਾਹਮਣੇ ਆ ਜਾਓ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਨਾਮ ਐਡਰੈਸ ਦੱਸੋ ਜੀ ਆਪਣਾ। ਮੇਰਾ ਨਾਮ ਹਰਵੀਰ ਸਿੰਘ ਆ ਜੀ, ਪਿੰਡ ਬਾਜਾਖਾਨਾ। ਠੀਕ ਹੈ, ਖਾਸ ਬਾਜਾਖਾਨਾ ਸ਼ਹਿਰ ਆ ਗਿਆ ਨਾ। ਠੀਕ ਹੈ, ਜ਼ਿਲ੍ਹਾ ਆਪਣ ਪੈ ਗਿਆ। ਜ਼ਿਲ੍ਹਾ ਫਰੀਦਕੋਟ। ਜ਼ਿਲ੍ਹਾ ਫਰੀਦਕੋਟ, ਇੱਧਰ ਆਪਾਂ ਨੂੰ ਕੋਟਪੁਰਾ ਰਹਿ ਗਿਆ 20 ਕਿਲੋਮੀਟਰ। ਕੋਟਪੁਰਾ 20 ਕਿਲੋਮੀਟਰ, ਭਦੌੜ ਸਾਹਿਬ ਤੋਂ 30 ਕਿਲੋਮੀਟਰ। ਠੀਕ ਹੈ। ਹਾਂ, ਬਠਿੰਡਾ ਵੀ 30 ਕਿਲੋਮੀਟਰ। ਠੀਕ ਹੈ, ਮੋਬਾਈਲ ਨੰਬਰ ਜੀ ਆਪਣਾ। 6800C 6800C 0710। ਠੀਕ ਹੈ, ਇਹ ਆਪਣੇ ਕੋਲੇ ਪਹਿਲੇ ਸੂਏ ਦਾ ਝੂਟੀ। ਹਾਂਜੀ, ਪਹਿਲੇ ਸੂਏ ਹਿਸਾਬ ਤੋਂ ਲਿਆ ਸੀਗਾ ਜੀ ਮੈਂ ਇਹ। ਠੀਕ ਹੈ, ਪਹਿਲੇ ਸੂਏ ਹਿਸਾਬ ਤੋਂ ਲੈ ਕੇ ਆਏ ਸੀ। ਠੀਕ ਹੈ, ਉਹ ਝੂਟੀ ਪਹਿਲੇ ਸੂਏ ਦੀ ਆ, ਉਹ ਦੂਜੇ ਸੂਏ ਦੀ। ਠੀਕ ਹੈ, ਪਹਿਲੇ ਸੂਏ ਦਾ ਬੱਚਾ ਵੀ ਘਰੇ ਖੜਾ ਹਨਾ। ਹਾਂਜੀ, ਉਹ ਦੂਜੇ ਸੂਏ ਦੀ ਆ। ਠੀਕ ਹੈ, ਉਹ ਖੜੀ ਆ ਕਿ ਦੂਜੇ ਸੂਏ ਦੀ? ਆਹ ਹੁਣ ਤੀਜੇ ਸੂਏ ਸੁਣਾ। ਹੁਣ ਤੀਜੇ ਸੂਏ ਸੁਣਾ, ਕਹਿੰਦਾ ਭਾ ਵੀ ਦੋਨੇ ਸੂਏ ਨੇ ਕੱਟੀਆਂ ਦਿੱਤੀਆਂ। ਹਾਂ, ਕੱਟ ਕੇ ਦਿੱਤੀਆਂ। ਪਹਿਲੇ ਸੂਏ ਫਿਰ ਸੂਈ ਵੀ ਲੈ ਕੇ ਆਏ ਸੀ? ਨਾ, ਆ ਕੇ ਸੂਈ ਆ ਮੇਰੇ ਕੋਲ। ਠੀਕ ਹੈ, ਘਰੇ ਆ ਕੇ ਸੂਈ ਸੀ? ਹਾਂਜੀ ਹਾਂਜੀ। ਤੇ ਫਿਰ ਉੱਥੇ ਫਿਰ ਪੇਮੈਂਟ ਵੀ ਚੰਗੀ ਲੈ ਕੇ ਆਏ ਹੋਵੋਗੇ ਉੱਥੇ? ਠੀਕ ਹੈ, ਦੂਜੇ ਸੂਏ ਫਿਰ ਕਿੰਨੇ ਦੁੱਧੇ ਗਈ ਆਪਣੇ ਕੋਲੇ? ਇਹ ਆਪਣੇ ਕੋਲੇ ਬਾਈ ਪਿਛਲੇ ਸਾਲ 18 ਤੋਂ ਪਲੱਸ ਰਹੀ ਆ। 18 ਕਿਲੋ ਕਹਿੰਦਾ ਬਾਬਾ ਆਪਾਂ ਝੋਲਿਆ। ਝੋਲਿਆ ਤੇ ਕਿਹਾ 20 ਤੋਂ ਪਲੱਸ ਜਾਊਗੀ। ਅੱਜ ਦਿਨ ਕਹਿ ਲੈਂਦੇ ਸੂਣ ਦੇ? ਇਹ 10 ਦਿਨ ਰਹਿੰਦੇ ਪੂਰੇ ਹੋਣ ਚ ਬਾਈ। 10 ਦਿਨ ਬਾਕੀ। ਟੀਕਾ ਫਿਰ ਐਤਕੀ ਕਿਹੜਾ ਭਰਾ ਤੇ? ਅਰਜਨ ਕੁੰਗੜ ਦਾ। ਅਰਜਨ ਕੁੰਗੜ ਦਾ? ਹਾਂਜੀ। ਤੇ ਦੁੱਧ ਸਾਡੀ ਨੂੰ ਟਾਈਮ ਕਿੰਨਾ ਕੁ ਹੋ ਗਿਆ? ਇਹ ਹੋ ਗਏ ਵੀਰੇ 3 ਮਹੀਨੇ ਹੋ ਗਏ, 2.5 ਮਹੀਨੇ। 3 ਮਹੀਨੇ ਮਤਲਬ ਵਧੀਆ ਭਰ ਨੂੰ ਟਾਈਮ ਮਿਲ ਗਿਆ ਇਹਨੂੰ ਵਧੀਆ। ਫਿਰ ਉਦੋਂ ਡਰਾਈ ਕਿੰਨੇ ਕਿਲੋ ਤੇ ਕਰੀ ਸੀਗੀ? ਉਦੋਂ ਹੀ ਸੀਗੀ, 4-4 ਕਿਲੋ ਦੁੱਧ ਡਰਾਈ ਕਰੀ ਸੀ। 8 ਕਿਲੋ ਦੁੱਧ ਡਰਾਈ ਕਰਨ ਵਾਲੇ ਵੀ ਸੀਗਾ? ਠੀਕ ਹੈ, ਤੇ ਚੋਣ ਚਵਾ ਧਾਰ ਧੂਰ ਦੀ ਬੁਰੀ ਹੋਈ ਗਾ ਬਾਈ? ਠੀਕ ਹੈ, ਤੇ ਅੰਦਾਜ਼ਾ ਹੈ ਮਾਨ ਤੁਹਾਡਾ ਕੀ ਕਹਿੰਦੇ ਐਤਕੀ ਕਿੱਥੇ ਜਾ ਉੜੂਗੀ? ਮੈਂ ਕਹਿੰਦਾ 20 ਤੋਂ ਪਾਸ ਜਾਊਂਗੇ। ਕਹਿੰਦਾ ਭਾ ਪੈਸੇ ਲਾਉਣ ਵਾਲਾ ਬੰਦਾ 18 ਕਿਲੋ ਨਹੀਂ ਮੰਨ ਕੇ ਲੈ ਲੇ? ਹਾਂਜੀ ਹਾਂਜੀ, ਵੀ ਸਾਂਭਣ ਵਾਲਾ ਹੋ ਜਾਂਦਾ 20 ਵੀ ਚੋਣ ਸਕਦਾ। ਠੀਕ ਹੈ, ਆਪਣੇ ਕੋਲ ਮੰਨ ਕੇ ਚਲੋ ਉੱਠ ਵੀ ਜਗ੍ਹਾ ਦੀ ਤੰਗੀ ਹੈ, 3 ਪਸ਼ੂ ਹੀ ਖੜਦੇ ਆ ਹਨਾ। ਤੇ ਵੀ ਮੰਨ ਕੇ ਚਲੋ ਮਗਰ ਝੋਟੀ ਚੱਲ ਗੱਪਾ ਝੋਟੀ ਬੜੀ ਵੀ ਆਈ ਤੇ ਹੁਣ ਤਿਆਰ ਹੋਈ ਵੀ ਆ। ਠੀਕ ਹੈ, ਹਾਂਜੀ ਵੀਰੇ, ਸਾਨੂੰ ਐ ਵੀ ਚੱਕਰ ਦੋ, ਇਸ ਪਸ਼ੂ ਦੋ ਹੀ ਰੱਖ ਰਹੇ ਆ। ਠੀਕ ਹੈ, ਹਾਂਜੀ ਹਾਂਜੀ। ਤੇ ਇਹਦਾ ਫਿਰ ਆਪਾਂ ਮੁੱਲ ਕੀ ਰੱਖਿਆ ਜੀ? ਇਹਦਾ ਮੁੱਲ 2,20,000 ਆ। 2,20,000? ਤੇ ਜੇ ਕੋਈ ਵੀਰ ਕੋ ਹੋਗਾ ਵੀ ਮੈਂ 20 ਕਿਲੋ 18 ਮਿਣ ਕੇ ਲੈਣਾ ਸਾਈ ਕਰਦਾ ਹੋਇਆ, ਸੂਈ ਤਾਂ ਆਪਾਂ ਨੂੰ ਪਤਾ ਵੀ 20 ਦਿਨ ਬਾਅਦ ਕੋਈ ਟੈਨਸ਼ਨ ਬਣਾ ਸਕਦੇ ਆ? ਹਾਂਜੀ ਹਾਂਜੀ। ਠੀਕ ਹੈ, ਧੋਰਿਓ ਬਾਹਰ ਨੂੰ ਇਹਨੂੰ। ਸੋ ਵੀਰੋ, ਤੀਜਾ ਸੂਆ ਸੁੰਦੀ ਆ, ਝੋਟੀ ਲਾ ਲਓ, ਮੈਂ ਲਾ ਲਓ, ਪ੍ਰੋਪਰ ਮੱਝ ਤਿਆਰ ਹੋ ਗਈ ਤੀਜੇ ਸੂਏ ਨੂੰ, ਕਿਉਂਕਿ ਦੂਜੇ ਸੂਏ ਇਹ ਚੱਲੀ ਆ ਕਰ ਮਾਰੀ 18 ਦੇ ਆਸ ਪਾਸ, 18 ਤੋਂ ਵੀ ਵੀਰ ਕਹਿੰਦੇ ਪਾਰ ਚੱਲਦੀ ਪਈ ਆ। ਤੇ 2,20 ਮੰਗਿਆ ਗਿਆ ਤੇ ਹੁਣ 2,20,10 ਦਾ ਵੀ 2,20 ਕੋਈ ਫਾਲਤੂ ਮੰਗਿਆ ਗਿਆ ਜਾਂ ਕੁਛ ਗੱਲ ਹੈਗੀ ਆ? ਸੋ ਗੱਲ ਝੋਟੀ ਦੇ ਵਿੱਚ ਹੈਗੀ ਆ, ਹਿਸਾਬ ਤੋਂ ਪਹਿਲਾ ਸੂਆ ਝੋਟੀ ਵੀਰ ਪਲੂਣ ਲੈ ਕੇ ਆਇਆ ਸੀ ਗੱਬਣ, ਤੇ ਸਿੰਘ ਮੂੰਹ ਮੱਥਾ ਦੇਖੋ, ਕੁੰਡਾ ਸੋਹਣਾ ਸਿੰਘ ਹੈਗਾ, ਵਧੀਆ ਮੁੰਡਿਆ ਵਾ, ਤੇ ਨਾ ਮਾਤਰ ਕੁਛ ਕੁ ਪਰਸੈਂਟ ਖੁੱਲ੍ਹਾ ਸਿੰਘਾ, ਤੇ ਥਣ ਦੇਖੋ ਗਾੜੀ ਪਛਾੜੀ ਬਿਲਕੁਲ ਇੱਕੋ ਜਿੱਕੀ ਆ, ਹਜੇ ਝੋਟੀ 1 ਹਫ਼ਤੇ ਦੀ ਕੱਚੀ ਹੈਗੀ, ਥਣਾਂ 'ਚ ਬਿੱਥੀ ਬੁੱਥੀ ਦੇਖੋ, ਜੈਠ ਜੈਠ ਦੇ ਇਹਦੀ ਥਣ ਪਏ ਹੈਗੇ, ਤੇ ਨਾੜਾ ਨੂੜਾ ਦੇਖੋ ਬੈਕ ਸਾਈਡ 'ਤੇ, ਜਿਹੜੀਆਂ ਆਪਾਂ ਕਹਿੰਦੇ ਨਾ 18-20 ਕਿਲੋੜੇ ਗੱਲਾਂ, ਉਹ ਆਹ ਚੀਜ਼ਾਂ ਦੱਸਦੇ, ਜਿਵੇਂ ਕਹਿ ਦਿੰਦੇ ਪਿੰਡ ਦਾ ਕੀ ਰਹਿੰਦਾ ਪਤਾ ਲੱਗ ਜਾਂਦਾ, ਕਿ ਪਸ਼ੂ ਦਾ ਹਵਾਨਾ ਦੱਸ ਦਿੰਦਾ, ਅਤੇ ਹਵਾਨਾ ਫਿਰ ਸੂ ਤੱਕ ਠੋਕੂ ਜਮਾਂ, ਨਜ਼ਾਰੇਦਾਰ ਚੀਜ਼ ਬਣਨੀ ਆ, ਅਤੇ ਮਿਲਕ ਮੇਨ ਦੇਖੋ ਬਾਹਰ ਵਾਲੇ ਵਾਂਗਲ ਕੋਈ ਗੱਲ ਨਹੀਂ। ਸੋ ਕੱਦ ਕਾਠ ਵਗੈਰਾ ਦੇਖੋ ਝੋਟੀ ਦਾ, ਪੂਰਾ ਚੰਗਾ ਰਾਜੀ ਸਮੀ ਬਲੀ ਵੀ, ਕਹਿੰਦਾ ਭਾਵ ਕਿਸੇ ਪਾਸਿਓ ਹੱਥ ਧਰਾਣੀ, ਤੋਂ ਥੱਲੇ ਰੱਸਾ ਪੈਪ ਦੇਖੋ, ਇਹਦੇ ਮਿਲਕ ਵੇ ਨੂੰ ਬਹੁਤ ਚੰਗੀ ਸੋਹਣੀ ਦਿਖਾਈ ਦੇਈ ਜਾਂਦੀ ਹੈਗੀ। ਅਤੇ ਅੱਜ ਦਿਨ ਰਹਿ ਗਏ ਸੂਣ ਦੇ ਵਿੱਚ, ਇਹਦੇ ਹਫ਼ਤਾ ਬਾਕੀ ਰਹਿ ਗਿਆ ਅੰਕਲ ਜੀ ਹੈ ਨਾ, ਅਤੇ ਚੋਣ ਚਾਹ ਦੀ ਫਿਰ ਓਕੇ ਆ,
ਦੋ ਜਣੇ ਬਿਠਾ ਲੈਂਦੇ ਕਿ ਇੱਕ ਜਣੇ ਬਹਿ ਕੇ ਠੀਕ ਹੈ, ਕਹਿੰਦੇ ਭਾਵੇਂ ਦੋਨੇ ਜਣੇ ਆਸੇ ਪਾਸੇ ਬਹਿ ਕੇ ਚੋਣੇ ਆ ਜਾਵਾਂ ਠੀਕ ਹੈ, ਤੇ ਦੋ ਵਿੱਚੋਂ ਮਾਨ ਤਾਨ ਹੋਜੂਗਾ। ਨੰਬਰ ਬੋਲਿਓ ਜੀ ਆਪਣਾ ਦੁਬਾਰੇ 6806075 ਦਾ। ਸੋ ਪਿੰਡ ਆ ਗਿਆ ਬਾਜਾ ਖਾਨਾ ਖਾਸ ਜ਼ਿਲ੍ਹਾ ਫਰੀਦਕੋਟ ਪੈ ਗਿਆ। ਸੋ ਕੋਈ ਵੀ ਵੀਰੇ ਝੋਟ ਮੈਂ ਇਹਨੂੰ ਖਰੀਦਣ ਦਾ ਚਾਹਵਣ ਹੋਵੇ ਇਸ ਨੰਬਰ 'ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ। ਵੀਡੀਓ ਦੇਖਣ ਲਈ ਸਭ ਦਾ ਤਹਿ